अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा में आज हाई कोर्ट के जज रितु बाहरी ने कोर्ट कम्प्लेक्स का दौरा किया। इस मौके पर उन्होंने बठिंडा केंद्रीय जेल का भी दौरा किया। कोर्ट कम्प्लेक्स में चल रही नेशनल लोक अदालत के कामकाज को भी देखा और उन्होंने सभी 22 बेंचों को भी देखा और जेल में कैदियों से मुलाकात की और जेल का दौरा किया। इसके बाद जोगानंद गावों में लोगों की परेशानियों को सुना। गौरतलब है कि यह गावो जिला कानूनी अथॉरिटी ने अडॉप्ट किया हुआ है। ऑनरेबल मैडम जस्टिस रितु बाहरी जज पंजाब हाई कोर्ट ਜਿਹੜੇ ਕਿ ਬਠਿੰਡਾ ਸੈਸ਼ਨ ਡਿਵੀਜ਼ਨ ਦੇ ਇੰਸਪੈਕਟਿੰਗ ਜੱਜ ਵੀ ਹਨ, ਉਹਨਾਂ ਨੇ ਅੱਜ ਬਠਿੰਡਾ ਡਿਸਟ੍ਰਿਕਟ 'ਚ ਕੀਤੀ। ਅੱਜ ਕਿਉਂਕਿ ਨੈਸ਼ਨਲ ਲੋਕ ਅਦਾਲਤ ਦੀ ਤਰ੍ਹਾਂ ਕੇਸ ਲੱਗੇ ਹੋਏ ਹਨ, 20 ਬੈਂਚਿਸ ਲੱਗੇ ਸੀ ਅਤੇ ਮਾਈ ਲਾਰਡ ਨੇ ਇੱਥੇ ਆ ਕੇ ਸਾਰਾ ਕੰਮ ਆਪਣੀ ਅੱਖੀਂ ਦੇਖਿਆ। ਇਸ ਤੋਂ ਬਿਨਾਂ ਮਾਈ ਲਾਰਡ ਸੈਂਟਰਲ ਜੇਲ੍ਹ ਦਾ ਮੁਆਇਨਾ ਕੀਤਾ, ਉੱਥੇ ਜੇਲ੍ਹ ਇਨਮੇਟਸ ਨੂੰ ਮਿਲੇ, ਉਹਨਾਂ ਦੀਆਂ ਪ੍ਰੋਬਲਮ ਸੁਣੀਆਂ। ਜੇਲ੍ਹ ਇਨਮੇਟਸ ਨੂੰ ਮਿਲਣ ਦੇ ਨਾਲ ਨਾਲ ਮਾਈ ਲਾਰਡ ਜੇਲ੍ਹ ਦੇ ਹੋਸਪਿਟਲ ਅਤੇ ਜੇਲ੍ਹ ਦੀ ਕਿਚਨ ਵਿੱਚ ਵੀ ਗਏ। ਉਸ ਤੋਂ ਬਾਅਦ ਮਾਈ ਲਾਰਡ ਵਿਲੇਜ ਜੋਗਾਨੰਦ ਨੂੰ ਐਜ ਪਾਇਲਟ ਪ੍ਰੋਜੈਕਟ ਅਡੋਪਟ ਕੀਤਾ ਹੋਇਆ ਹੈ, ਉੱਥੇ ਗਏ। ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਸਾਨੂੰ ਪੂਰਾ ਸਹਿਯੋਗ ਮਿਲਿਆ। ਮਾਈ ਲਾਰਡ ਨੇ ਉੱਥੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ, ਉਹਨਾਂ ਨੂੰ ਗਵਰਨਮੈਂਟ ਦੀ ਸਕੀਮਸ ਬਾਰੇ ਦੱਸਿਆ, ਉਹਨਾਂ ਨੂੰ ਮੈਡੀਕਲ ਵੀ ਹੈਲਪ ਅਸੀਂ ਦਿੱਤੀ। ਦਿੱਲੀ ਹਾਰਟ ਇੰਸਟੀਚਿਊਟ ਤੋਂ ਇੱਕ ਗਾਇਨੀਕੋਲੋਜਿਸਟ ਨੂੰ ਅੱਜ ਅਸੀਂ ਇੰਗੇਜ ਕੀਤਾ ਸੀ। ਐਡਮਿਨਿਸਟ੍ਰੇਸ਼ਨ ਨੇ ਵੀ ਇੱਕ MD ਮੈਡੀਸਨ ਨੂੰ ਉੱਥੇ ਇੰਗੇਜ ਕੀਤਾ ਸੀ, ਜਿਨ੍ਹਾਂ ਨੂੰ ਫ੍ਰੀ ਆਫ ਕੋਸਟ ਵਿਲੇਜਰਸ ਨੂੰ ਐਡਵਾਈਸ ਦਿੱਤੀ ਗਈ। ਇਸ ਤੋਂ ਬਾਅਦ ਮਾਈ ਲਾਰਡ ਅਲਟਰਨੇਟ ਡਿਸਪਿਊਟ ਰੈਜੋਲਿਊਸ਼ਨ ਸੈਂਟਰ ਬਠਿੰਡਾ ਵਿੱਚ ਆਏ। ਇੱਥੇ ਉਹਨਾਂ ਨੇ ਪੈਰਾਲੀਗਲ ਵਲੰਟੀਅਰਸ ਨੂੰ ਐਡਰੈਸ ਕੀਤਾ। ਮਾਈ ਲਾਰਡ ਨੇ ਫੀਮੇਲ ਫੈਟੀਸਾਈਡ ਦੇ ਟੋਪਿਕ 'ਤੇ, ਹੈਲਥ ਮੈਲਨਿਊਟ੍ਰੀਸ਼ਨ ਬੱਚਿਆਂ ਅਤੇ ਖਾਸ ਤੌਰ 'ਤੇ ਬੱਚਿਆਂ ਅਤੇ ਫੀਮੇਲ ਦੇ ਉੱਪਰ ਜੋ ਇਹ ਇਸ਼ੂਜ਼ ਹਨ, ਉਹਨਾਂ ਬਾਰੇ ਪੈਰਾਲੀਗਲ ਵਲੰਟੀਅਰਸ ਨੂੰ ਐਡਰੈਸ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਆਪਾਂ ਜੋ ਸਮਾਜ ਦੇ ਵੀਕਰ ਸੈਕਸ਼ਨਸ ਹਨ, ਪਰਟੀਕੁਲਰਲੀ ਵਿਮੈਨ ਅਤੇ ਚਿਲਡਰਨ ਹਨ, ਉਹਨਾਂ ਦੀ ਅਪਲਿਫਟਮੈਂਟ ਵਾਸਤੇ ਕੰਮ ਕਰੀਏ। ਅਤੇ ਜੋ ਉਹਨਾਂ ਨੇ ਹਦਾਇਤਾਂ ਦਿੱਤੀਆਂ ਉਹ ਵਿਲੇਜ ਦੇ ਵਿੱਚ ਜੋ ਮਕਾਨ ਗਰੀਬ ਆਦਮੀ ਹੁੰਦੇ ਨੇ ਉਹਦੇ। ਮਾਈ ਲਾਰਡ ਨੇ ਦੱਸਿਆ ਹੈ ਕਿ ਗਵਰਨਮੈਂਟ ਦੀਆਂ ਜਿਹੜੀਆਂ ਡਿਫਰੈਂਟ ਸਕੀਮਸ ਹਨ, ਉਹ ਬਹੁਤ ਹੀ ਜਲਦ ਇੱਕ ਵੈਬਸਾਈਟ 'ਤੇ ਤਿਆਰ ਹੋ ਰਹੀ ਹੈ, ਉਹ ਆਏਗੀ। ਉਹ ਸਾਰੀਆਂ ਸਕੀਮਸ ਬਾਰੇ ਉਹਨਾਂ 'ਚ ਕੀ ਕ੍ਰਾਈਟੀਰੀਆ ਹੈ, ਕੌਣ ਕੌਣ ਉਹਨਾਂ ਦਾ ਫਾਇਦਾ ਲੈ ਸਕਦਾ ਹੈ, ਉਹਨਾਂ ਬਾਰੇ ਹੋਏਗਾ। ਉਹਨਾਂ ਦੇ ਜਿਹੜੀ ਵੀ ਪ੍ਰੋਬਲਮਸ ਹੋਣਗੀਆਂ ਜਾਂ ਜਿਹੜੀਆਂ ਵੀ ਉਹਨਾਂ 'ਚ ਸ਼ਿਕਾਇਤਾਂ ਹੋਣਗੀਆਂ, ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਟੇਕਅਪ ਕੀਤੀਆਂ ਜਾਣਗੀਆਂ ਅਤੇ ਜਿੱਥੇ ਜਿੱਥੇ ਲੋੜ ਹੋਏਗੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਬਠਿੰਡਾ ਵੀ ਇਹਦੇ ਵਿੱਚ ਪਾਰਟਿਸਪੇਟ ਕਰੇਗੀ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।